ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੀ ਸਾਰੇ ਸਤਿ ਉਤੈਨੋ ਜੀ ਆ ਸੁਨੀਲ ਜਾਖੜ ਦੇ ਕਾਂਗਰਸ ਛੱਡਣ ਤੋਂ ਬਾਅਦ ਸਿੱਧੂ ਵੱਲੋਂ ਆਈ ਵੱਡੀ ਖਬਰ ਹਰ ਕੋਈ ਰਹਿ ਗਿਆ ਹੈਰਾਨ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਦੇ ਵੀਡੀਓ ਨੂੰ ਅੱਜ ਤੋਂ ਆ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਸਾਬਕਾ ਵਰਦਾਰ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਪੰਜਾਬ ਕਾਂਗਰਸ ਚ ਖਲਬਲੀ ਮਚਾ ਦਿੱਤੀ ਸਿੱਧੂ ਨੇ ਸ਼ਨੀਵਾਰ ਨੂੰ ਟਵੀਟ ਕਰਕੇ ਪਾਰਟੀ ਛੱਡਣ ਵਾਲੇ ਸੁਨੀਲ ਜਾਖੜ ਦੀ ਤਾਰੀਫ਼ ਕੀਤੀ ਸੁਨੀਲ ਦਾ ਕਹਿਣਾ ਹੈ ਕਿ ਜਾਖੜ ਅਨਮੂਲ ਨੇ ਤਾਂ ਪਾਰਟੀ ਨੂੰ ਉਹਨਾਂ ਨੂੰ ਨਹੀਂ ਗਵਾਉਣਾ ਚਾਹੀਦਾ ਕਿਸੇ ਵੀ ਮੱਤਪੇਦਨ ਨਿਪਟਾਰਾ ਬੈਠ ਕੇ ਕਰਨਾ ਚਾਹੀਦਾ ਹੈ ਜਾਖੜ ਨੇ ਪਰਵਾਹ ਪਿਛਲੇ 50 ਸਾਲ ਤੋਂ ਸਿਆਸਤ ਵਿੱਚ ਹੈ ਪਿਤਾ ਬਲਰਾਮ ਜਾਖੜ ਤੋਂ ਬਾਅਦ ਹੁਣ ਉਹਨਾਂ ਦੇ ਵਿਧਾਇਕੀ ਭਤੀਜੇ ਸੰਦੀਪ ਜਾਖੜ ਦੇ ਰੂਪ ਵਿੱਚ ਤੀਜੀ ਪੀੜੀ ਕਾਂਗਰਸ ਵਿੱਚ ਹੈ ਜਾਖੜ ਰਾਹੁਲ ਗਾਂਧੀ ਦੇ ਕਰੀਬੀ ਰਹੇ ਹਾਂ ਸਿਰਦੇਹ ਬਿਆਨ ਇਸ ਲਈ اہم ਹੈ ਕਿਉਂਕਿ ਉਹਨਾਂ ਤੇ ਅਨੁਸ਼ਾਸਨੀ ਕਾਰਵਾਈ ਦੀ ਤਲਵਾਰ ਲਟਕ ਰਹੀ ਹੈ ਪੰਜਾਬ ਪਰਦਾ ਰਾਜਾ ਵਿਡਿੰਗਰੇਸ਼ ਫਾਰੇਸ ਤੇ ਨਵਜੋਤ ਸਿੱਧੂ ਕਲੱਬ ਮਾਮਲਾ ਨੂੰ ਸ਼ਾਸਨਿਕ ਕਮੇਟੀ ਕੋਲ ਪਹੁੰਚ ਗਿਆ ਹੈ ਇਸ ਮਾਮਲੇ 'ਚ ਸਿੱਧੂ ਕਲੱਬ ਵੀ ਕਾਰਵਾਈ ਹੋਣੀ ਤੈ ਹੈ ਕਾਂਗਰਸ ਛੱਡਣ ਤੋਂ ਬਾਅਦ ਪਹਿਲਾ ਹੀ ਜਾਖਣ ਨੇ ਸਵਾਲ اٹھਾਇਆ ਸੀ ਕਿ ਨਵਜੋਤ ਸਿੱਧੂ ਨੂੰ ਕੀ ਨੋਟਿਸ ਦਿੱਤਾ ਗਿਆ ਸੀ ਖਬਰਾਂ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ